ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਜੋ ਕਿ ਪੰਜਾਬ ਦੇ ਵਿੱਤ ਮੰਤਰੀ ਨੇ, ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਕੀਤੀ ਗਈ ਸੀਗੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਸੀਐਮ ਮਾਨ ਅਤੇ ਸੰਜੇ ਸਿੰਘ ਵੱਲ। ਇਹ ਇੱਕ ਦੂਜੇ ਦੀ ਮਿਹਨੋ ਮਿਹਨੀ, ਇੱਕ ਦੂਜੇ ਦੀ ਸ਼ਿਕਾਇਤਬਾਜ਼ੀ ਚੱਲਦੀ ਰਹਿਣੀ। ਇੱਥੇ ਸੰਜੇ ਸਿੰਘ ਆਏ ਸੀ, ਉਹਨਾਂ ਨੇ ਸਰਕਾਰੀ ਧਿਰ ਦੀ ਸ਼ਿਕਾਇਤ ਕਰਤੀ ਕਿ ਚੰਡੀਗੜ੍ਹ ਦੇ ਵਿੱਚ ਸਰਕਾਰੀ ਕੋਠੀਆਂ ਨੂੰ ਸਿਆਸੀ ਤੌਰ 'ਤੇ ਵਰਤਿਆ ਜਾ ਰਿਹਾ। ਹਾਲੇ ਤਾਂ ਚੋਣਾਂ ਸ਼ੁਰੂ ਹੋਈਆਂ ਨੇ, ਇਹਦੇ ਤੋਂ ਇਹ ਲੱਗਦਾ ਹੈ ਕਿ ਅਗਲੇ ਸਮੇਂ ਦੌਰਾਨ ਇੱਥੇ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ, ਇਹਦਾ ਦੌਰ ਅਗਲੇ ਦਿਨਾਂ ਦੇ ਵਿੱਚ ਹੋਰ ਤੇਜ਼ ਹੋਵੇਗਾ। ਕਿਸਾਨਾਂ ਵੱਲੋਂ ਜਦੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਸਵਾਲ ਪੁੱਛੇ ਗਏ ਤਾਂ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲੈ ਕੇ ਖੜੇ ਹੈ ਔਰ ਇਹ ਰਾਜਸੀ ਪਾਰਟੀਆਂ ਵਾਲੇ ਹੈ, ਜਦੋਂ ਸੱਤਾ 'ਚ ਨਹੀਂ ਹੁੰਦੇ ਹਮਾਇਤਾਂ ਕਰਦੇ ਹੈ, ਜਦੋਂ ਸੱਤਾ 'ਚ ਆ ਜਾਂਦੇ ਹੈ ਤੇ ਫਿਰ ਪੁਲਿਸ ਦੀ ਵਰਤੋਂ ਕਰਦੇ ਹੈ। ਪਾਲ ਸਿੰਘ ਖਹਿਰਾ ਜੀ, ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਟਵੀਟ ਕੀਤਾ, ਉਹਨਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਜੋ ਕਿ ਵਿਰੋਧੀ ਨੇ ਉਹਨਾਂ ਦੇ ਉੱਤੇ ਝੂਠੇ ਪਰਚੇ ਕਰਾ ਰਹੇ ਨੇ। ਉਹ ਕਹਿੰਦੇ ਮੇਰੇ 'ਤੇ ਨਸ਼ੀਲੇ ਪਦਾਰਥ ਦਾ ਕਥਿਤ ਕੇਸ ਪਾਇਆ, ਫਿਰ ਇੱਕ ਹੋਰ ਝੂਠਾ ਕੇਸ ਪਾਇਆ, ਕੁੱਲ 5 ਕੇਸਾਂ ਵਿੱਚ ਮੈਨੂੰ ਫਸਾਉਣ ਦਾ ਯਤਨ ਕੀਤਾ। ਅੱਜ ਸੀਐਮ ਮਾਨ ਵੱਲੋਂ ਟਵੀਟ ਕੀਤਾ ਗਿਆ, ਉਹਨੇ ਕਿਹਾ ਕਿ ਮਜੀਠੀਆ ਸਾਹਿਬ ਹੁਣ ਤੁਸੀਂ ਚੁੱਪ ਕਿਉਂ, ਹੁਣ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਜੀ? ਭਾਈ ਸਾਹਿਬ ਜਿਹੜਾ ਆਹ ਸੁੱਚਾ ਸਿੰਘ ਲੰਗਾਹ ਦੇ ਮੁੰਡੇ ਦੀ ਹਿਮਾਚਲ ਤੋਂ ਇੱਕ ਨਵੀਂ ਫਿਲਮ ਆਈ ਹੈ, ਇਹਦੇ 'ਤੇ ਵੀ ਪ੍ਰੈਸ ਕਾਨਫਰੰਸ ਕਰਕੇ ਕੁਛ 4 ਸ਼ਬਦ ਬੋਲ ਹੀ ਦਿੰਦੇ। ਸੋ ਲੋਕ ਸਭਾ ਤੋਂ ਪਹਿਲਾਂ ਜਿੱਥੇ ਵੱਡੇ ਵੱਡੇ ਲੀਡਰ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਉੱਥੇ ਹੀ ਚਰਚਾਵਾਂ ਸ਼ੁਰੂ ਹੋ ਗਏ ਨੇ ਅਤੇ ਕਹਿੰਦੇ ਕਾਂਗਰਸ ਅਤੇ ਅਕਾਲੀ ਦਲ ਦੇ ਜੋ ਵੱਡੇ ਲੀਡਰ ਨੇ ਉਹ ਭਾਜਪਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਉਹਨਾਂ ਨੇ ਇੱਕ ਵਾਸ਼ਿੰਗ ਮਸ਼ੀਨ ਰੱਖੀ ਵੀ ਹੈ, ਇੱਕ ਸਪੈਸ਼ਲ ਕਿਸਮ ਦਾ ਵਾਸ਼ਿੰਗ ਪਾਊਡਰ ਵੀ ਰੱਖਿਆ। ਕਿਸੇ 'ਤੇ ਜਿੰਨੇ ਮਰਜ਼ੀ ਇਲਜ਼ਾਮ ਹੋਣ, ਜਦੋਂ ਉਹਨੂੰ ਉਸ ਮਸ਼ੀਨ ਵਿੱਚ ਨਿਭਾ ਦਿੱਤਾ ਜਾਂਦਾ ਹੈ, ਉਹ ਦੁੱਧ ਧੋਤਾ ਬਿਲਕੁਲ ਪਾਕ ਪਵਿੱਤਰ ਬਣ ਕੇ ਸਾਹਮਣੇ ਆਉਂਦਾ ਹੈ। ਸਿਕੰਦਰ ਸਿੰਘ ਮਲੂਕਾ ਇੱਕ ਬੜੇ ਧੜੱਲੇ ਦਾ ਆਗੂ, ਅਕਾਲੀ ਦਲ ਦੇ ਉਹਨਾਂ ਦਾ ਪੁੱਤਰ ਗੁਰਪ੍ਰੀਤ ਮਲੂਕਾ, ਨੂੰ ਰਾਣੀ ਬੀਬੀ ਪਰਮਪਾਲ ਕੌਰ, ਇਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਅਤੇ ਅਹਿਮ ਖਬਰਾਂ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ ਅਤੇ ਚਰਚਾ ਕਰਨ ਲਈ ਮੇਰੇ ਨਾਮ ਜਦੋਂ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਵਾਗਤ ਹੈ ਜੀ। ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਜੀ। ਜੀ, ਸੋ ਜਿੱਥੇ ਆਮ ਆਦਮੀ ਪਾਰਟੀ ਦੇ ਹਰਪਾਲ ਚੀਮਾ ਜੋ ਕਿ ਪੰਜਾਬ ਦੇ ਵਿੱਤ ਮੰਤਰੀ ਨੇ, ਉਹਨਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਕੀਤੀ ਗਈ ਸੀਗੀ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਸੀਐਮ ਮਾਨ ਅਤੇ ਸੰਜੇ ਸਿੰਘ ਵਾਲੇ। ਜਦੋਂ ਤੱਕ ਇਹ ਚੋਣਾਂ ਚੱਲਦੀਆਂ ਨੇ ਨਾ, ਇਹ ਇੱਕ ਦੂਜੇ ਦੀ ਮਿਹਨੋ ਮਿਹਨੀ, ਇੱਕ ਦੂਜੇ ਦੀ ਸ਼ਿਕਾਇਤਬਾਜ਼ੀ
ਚੱਲਦੀ ਰਹਿਣੀ ਹੈ। ਕਿਸੇ ਨਾ ਕਿਸੇ ਸਟੇਜ 'ਤੇ ਆ ਕੇ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਅਤੇ ਫਿਰ ਇਹ ਇੱਕ ਦੂਜੇ ਨੂੰ ਵਾਣੀ ਪਾਉਣ ਦੀਆਂ ਤਿਆਰੀਆਂ ਕਰਦੇ ਨੇ। ਹੁਣ ਤਾਜ਼ਾ ਸਥਿਤੀ ਦੇ ਵਿੱਚ ਤੁਸੀਂ ਦੇਖੋ, ਪਹਿਲੀ ਵਾਰ ਭਾਰਤ ਦੇ ਚੋਣ ਕਮਿਸ਼ਨ ਨੇ ਕਹਿਤਾ ਕਿ ਬੱਚਿਆਂ ਦੀ ਵਰਤੋਂ ਨਹੀਂ ਕਰਨੀ। ਉਹਦੇ ਵਿੱਚ ਜ਼ਿਲ੍ਹਾ ਚੋਣ ਅਫਸਰ ਲੁਧਿਆਣਾ ਵੱਲੋਂ ਰਵਨੀਤ ਬਿੱਟੂ ਅਤੇ ਸੁਖਵੀਰ ਸਿੰਘ ਬਾਦਲ ਨੂੰ ਨੋਟਿਸ ਆ ਗਿਆ। ਇਹਨਾਂ ਨੂੰ ਜਦੋਂ ਨੋਟਿਸ ਆਇਆ ਅਤੇ ਹਰਪਾਲ ਸਿੰਘ ਚੀਮਾ ਹੋਰਾਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿੱਬਨ ਸੀ ਕੋਲੇ ਸ਼ਿਕਾਇਤ ਕੀਤੀ। ਉਹਦੇ ਵਿੱਚ ਇਹਨਾਂ ਦੇ ਖਿਲਾਫ ਉਹ ਨੋਟਿਸ ਆਇਆ, ਜਿਹਦਾ ਕਹਿੰਦੇ ਆ ਕਿ ਅਕਾਲੀ ਦਲ ਕਹਿੰਦਾ ਅਸੀਂ ਜਵਾਬ ਦੇ ਦਿੱਤਾ। ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਾਨੂੰਨੀ ਵਿੰਗ ਦੇ ਬੁਲਾਰੇ ਨੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਇੱਥੇ ਸੰਜੇ ਸਿੰਘ ਆਏ ਸੀ, ਉਹਨਾਂ ਨੇ ਸਰਕਾਰੀ ਧਿਰ ਦੀ ਸ਼ਿਕਾਇਤ ਕਰਤੀ ਕਿ ਚੰਡੀਗੜ੍ਹ ਦੇ ਵਿੱਚ ਸਰਕਾਰੀ ਕੋਠੀਆਂ ਨੂੰ ਸਿਆਸੀ ਤੌਰ 'ਤੇ ਵਰਤਿਆ ਜਾ ਰਿਹਾ। ਉਹ ਕਹਿੰਦੇ ਕਿ ਮੰਤਰੀਆਂ ਵਿਧਾਇਕਾਂ ਉਮੀਦਵਾਰਾਂ ਦੀ ਇਹਨਾਂ ਸਰਕਾਰੀ ਕੋਠੀਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਸੰਜੇ ਸਿੰਘ ਇਹਨਾਂ ਦਾ ਰਾਜ ਸਭਾ ਮੈਂਬਰ ਹੈ। ਇਹਦੇ ਨਾਲ ਕੁਝ ਵੀਡੀਓਜ਼, ਪ੍ਰਿੰਟ ਮੀਡੀਆ ਦੀਆਂ ਖਬਰਾਂ, ਇਹ ਸਾਰੀਆਂ ਸਿਮਰਨ ਸਿੰਘ ਸਾਹਿਬ ਕੋਲ ਭੇਜ ਦਿੱਤੀਆਂ ਗਈਆਂ ਨੇ। ਚੋਣ ਜ਼ਾਬਤੇ ਦੀ ਉਲੰਘਣਾ ਪਾਰਟੀ ਏ ਕਰੇ, ਬੀ ਕਰੇ, ਸੀ ਕਰੇ ਜਾਂ ਡੀ ਕਰੇ, ਇਹ ਉਲੰਘਣਾ ਤਾਂ ਜੇ ਉਸ ਮਾਪਦੰਡ 'ਚ ਆਉਂਦੀ ਹੈ ਤਾਂ ਉਲੰਘਣਾ ਹੈ। ਉਹਦੇ ਵਿੱਚ ਫਿਰ ਇਹਨਾਂ ਨੂੰ ਜੁਰਮਾਨਾ ਲਾਇਆ ਜਾਂਦਾ, ਕੀ ਕੀਤਾ ਜਾਂਦਾ ਹੈ ਇਹ ਮੁੱਖ ਚੋਣ ਅਧਿਕਾਰੀ ਨੇ ਦੇਖਣਾ। ਪਰ ਹਾਲੇ ਤਾਂ ਚੋਣਾਂ ਸ਼ੁਰੂ ਹੋਈਆਂ ਨੇ, ਇਹਦੇ ਤੋਂ ਇਹ ਲੱਗਦਾ ਹੈ ਕਿ ਅਗਲੇ ਸਮੇਂ ਦੌਰਾਨ ਇੱਥੇ ਲਗਾਤਾਰ ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਿਕਾਇਤਾਂ ਨੇ, ਇਹਦਾ ਦੌਰ ਅਗਲੇ ਦਿਨਾਂ ਦੇ ਵਿੱਚ ਹੋਰ ਤੇਜ਼ ਹੋਵੇਗਾ ਜੀ। ਸੋ ਦੂਜੇ ਪਾਸੇ ਜਿੱਥੇ ਚੋਣਾਂ ਨੂੰ ਲੈ ਕੇ ਭਾਜਪਾ ਦਾ ਕਿਸਾਨ ਵਿਰੋਧ ਕਰ ਰਹੇ ਨੇ ਅਤੇ ਲੀਡਰਾਂ ਨੂੰ ਸਵਾਲ ਪੁੱਛਦੇ ਨੇ, ਉੱਥੇ ਹੀ ਹਰਿਆਣੇ ਦੇ ਵਿੱਚ ਦਿਨ ਭਰ ਦਿਨ ਉਹਨਾਂ ਦੇ ਲੀਡਰਾਂ ਦਾ ਘਰੋਂ ਨਿਕਲਣਾ ਮੁਸ਼ਕਿਲ ਹੋ ਗਿਆ ਅਤੇ ਚੋਣ ਪ੍ਰਚਾਰ ਕਰਨਾ ਮੁਸ਼ਕਿਲ ਹੋ ਗਿਆ ਅਤੇ ਕਿਸਾਨਾਂ ਵੱਲੋਂ ਜਦੋਂ ਪ੍ਰਦਰਸ਼ਨ ਕੀਤਾ ਜਾ ਰਿਹਾ, ਸਵਾਲ ਪੁੱਛੇ ਗਏ ਤਾਂ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਜੀ। ਇਹ ਨਾਰਨਾਉ ਦੀ ਗੱਲ ਹੈ। ਪੰਜਾਬ ਅਤੇ ਹਰਿਆਣਾ ਦੋ ਥਾਵਾਂ ਦੇ ਉੱਤੇ ਵੱਡੀ ਪੱਧਰ 'ਤੇ ਕਿਸਾਨਾਂ ਦੇ ਵੱਲੋਂ ਇਹਨਾਂ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇੱਥੇ ਪੰਜਾਬ 'ਚ ਕਈ ਇਹੋ ਜਿਹੇ ਵੀ ਫਿਰਦੇ ਹੈ ਜਿਹੜੇ ਕਹਿੰਦੇ ਅਸੀਂ ਜਾਵਾਂਗੇ, ਵੇਖਦੇ ਹਾਂ ਕਿਹੜਾ ਘਰਾਓ ਕਰਨ ਆਉਂਦਾ ਹੈ। ਤੁਸੀਂ ਪੰਜਾਬ ਘੁੱਗ ਵੱਸਦੇ ਨੂੰ ਹੋਰ ਪਾਸੇ ਵੱਲ ਨਾ ਤੋਰ ਦਿਓ। ਕਿਤੇ ਤੁਹਾਡਾ ਇਹ ਸਿਸਟਮ ਤਾਂ ਨਹੀਂ ਕਿ ਪੰਜਾਬ ਦੀਆਂ ਚੋਣਾਂ ਸਭ ਤੋਂ ਅਖੀਰ 'ਚ ਰੱਖੀਆਂ ਨੇ ਅਤੇ ਜੇ ਲੱਗੇ ਕਿ ਸਾਡੀ ਬੇੜੀ ਪਾਰ ਨਹੀਂ ਹੁੰਦੀ ਅਤੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਬੱਸ ਖੜ੍ਹਾ ਕਰ ਦਿਓ,
ਅਤੇ ਤੁਹਾਨੂੰ ਮੌਕਾ ਮਿਲ ਜਾਏ ਕਿ ਚੋਣਾਂ ਪ੍ਰਤੀ ਕਿਸੇ ਤਰ੍ਹਾਂ ਦਾ ਵੀ ਕਿਸਾਨ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ, ਉਹ ਕਹਿੰਦੇ 11 ਸਵਾਲ ਪੁੱਛਣੇ ਨੇ, ਵਿਰੋਧ ਕਰਨਾ ਨਾਅਰੇਬਾਜ਼ੀ ਕਰਨੀ ਉਹਨਾਂ ਦਾ ਅਧਿਕਾਰ ਹੈ, ਪਰ ਨਾਲ ਗੱਲ ਯਾਦ ਰੱਖੀ ਜਾਵੇ ਬਲਵੀਰ ਸਿੰਘ ਰਾਜੇਵਾਲ ਸਾਹਿਬ ਵਾਲੀ ਕਿ ਹਿੰਸਾ ਨਹੀਂ ਕਰਨੀ, ਸ਼ਾਂਤਮਈ ਰਹਿਣਾ। ਉੱਥੇ ਕਹਿੰਦੇ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਉਹਨਾਂ ਦੀ ਝੜੱਪ ਹੋ ਗਈ। ਕੱਲ੍ਹ ਇੱਕ ਝੜੱਪ ਬਠਿੰਡਾ ਜ਼ਿਲ੍ਹੇ ਦੇ ਸੰਗਤ ਖੇਤਰ ਵਿੱਚ ਵੀ ਹੋਈ ਹੈ। ਕਿਸਾਨ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਲੈ ਕੇ ਖੜ੍ਹੇ ਹੈ ਔਰ ਇਹ ਰਾਜਸੀ ਪਾਰਟੀਆਂ ਵਾਲੇ ਹੈ, ਜਦੋਂ ਸੱਤਾ 'ਚ ਨਹੀਂ ਹੁੰਦੇ ਹਮਾਇਤਾਂ ਕਰਦੇ ਹੈ, ਜਦੋਂ ਸੱਤਾ 'ਚ ਆ ਜਾਂਦੇ ਹੈ ਅਤੇ ਫਿਰ ਪੁਲਿਸ ਦੀ ਵਰਤੋਂ ਕਰਦੇ ਹੈ। ਇੱਥੇ ਮੈਂ ਸਮਝਾਂ ਕਿ ਜਿਹੜੇ ਇਸ ਤਰ੍ਹਾਂ ਦਾ ਇਹਨੂੰ ਥੋੜ੍ਹਾ ਜਿਹਾ ਸ਼ਾਂਤਮਈ ਤਰੀਕੇ ਦੇ ਨਾਲ ਕੀਤਾ ਜਾਵੇ ਔਰ ਵੋਟ ਤੁਸੀਂ ਆਪਣੀ ਮਰਜ਼ੀ ਨਾਲ ਪਾਉਣੀ ਹੈ, ਇਹਨਾਂ ਨੂੰ ਵੋਟ ਰਾਹੀਂ ਸਬਕ ਸਿਖਾਓ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਕਿ ਚੋਣਾਂ ਤੋਂ ਪਹਿਲਾਂ ਜੋ ਅਸੀਂ ਵਾਅਦੇ ਕੀਤੇ ਉਹ ਪੂਰੇ ਤਾਂ ਕੀਤੇ ਨਹੀਂ, ਅਤੇ ਫਿਰ ਇਸ ਮਸਲੇ ਦੇ ਵਿੱਚ ਕੋਈ ਗੱਲ ਅੱਗੇ ਆਵੇ, ਪਰ ਵਿਰੋਧ ਸ਼ਾਂਤਮਈ ਤਰੀਕੇ ਦੇ ਨਾਲ ਕੀਤਾ ਜਾਵੇ, ਵੋਟ ਦੀ ਚੋਟ ਲਾਈ ਜਾਵੇ ਜਿਹੜੀ ਕਿ ਮੈਂ ਸਮਝਦਾ ਜ਼ਿਆਦਾ ਅਸਰਦਾਇਕ ਰਹਿ ਸਕਦੀ ਹੈ ਜੀ। ਸੋ ਦੂਜੇ ਪਾਸੇ ਗੱਲ ਕਰਦਾ ਸੁਖਪਾਲ ਸਿੰਘ ਖਹਿਰਾ ਦੀ, ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ ਦੇ ਉੱਤੇ ਇੱਕ ਟਵੀਟ ਕੀਤਾ, ਉਹਨਾਂ ਕਿਹਾ ਕਿ ਜੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿੱਚ ਜੋ ਕਿ ਵਿਰੋਧੀ ਨੇ ਉਹਨਾਂ ਦੇ ਉੱਤੇ ਝੂਠੇ ਪਰਚੇ ਕਰਾ ਰਹੇ ਨੇ ਜੀ। ਸੁਖਪਾਲ ਸਿੰਘ ਖਹਿਰਾ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹੁੰਦੇ ਸੀ। ਉਹ ਕਹਿੰਦੇ ਕਿ ਮੈਂ ਕਦੇ ਵੀ ਖੁਸ਼ ਨਹੀਂ ਹੁੰਦਾ ਜਦੋਂ ਵੀ ਮੈਨੂੰ ਮੇਰੇ ਦੁਸ਼ਮਣ ਨੂੰ ਵੀ ਭਾਵੇਂ ਗ੍ਰਿਫਤਾਰ ਕੀਤਾ ਜਾਵੇ। ਉਹ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਆਪਣੇ ਸਿਆਸੀ ਵਿਰੋਧੀਆਂ ਨੂੰ ਗ੍ਰਿਫਤਾਰ ਕਰਨ, ਗਲਤ ਕੰਮਾਂ 'ਤੇ ਡੁਕਾਈ ਨਾਲ ਚਿੰਤਿਤ ਕਰਨਾ ਚਾਹੀਦਾ, ਨਿੱਜੀ ਸਕੋਰ ਨਿਪਟਾਉਣ ਲਈ ਪੰਜਾਬ ਪੁਲਿਸ ਦੀ ਘੋਰ ਵਰਤੋਂ ਕੀਤੀ ਜਾ ਰਹੀ ਹੈ ਅਤੇ ਵਿਰੋਧੀਆਂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਕੇਸਾਂ ਵਿੱਚ ਉਲਝਾਇਆ ਜਾਵੇ। ਉਹ ਕਹਿੰਦੇ ਮੇਰੇ 'ਤੇ ਨਸ਼ੀਲੇ ਪਦਾਰਥ ਦਾ ਕਥਿਤ ਕੇਸ ਪਾਇਆ, ਫਿਰ ਇੱਕ ਹੋਰ ਝੂਠਾ ਕੇਸ ਪਾਇਆ, ਕੁੱਲ 5 ਕੇਸਾਂ ਵਿੱਚ ਮੈਨੂੰ ਫਸਾਉਣ ਦਾ ਯਤਨ ਕੀਤਾ ਅਤੇ ਫਿਰ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਨੂੰ ਹੋ ਗਏ ਸਿੱਧੇ ਕੇਜਰੀਵਾਲ ਦੇ ਮਾਮਲੇ ਦੇ ਵਿੱਚ। ਉਹ ਕਹਿੰਦੇ ਸ਼੍ਰੀਮਾਨ ਜੀ ਜੇ ਇਹੋ ਜਿਹਾ ਬੀਜੋਗੇ ਤਾਂ ਫਿਰ ਉਹੋ ਜਿਹਾ ਹੀ ਵੱਢੋਗੇ, ਇਸ ਕਰਕੇ ਕੁਝ ਵੀ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਤੁਸੀਂ ਸੋਚੋ ਕਿ ਤੁਸੀਂ ਵਿਰੋਧੀਆਂ ਲਈ ਕੀ ਕਰ ਰਹੇ ਹੋ ਅਤੇ ਫਿਰ ਆਪਦੇ ਵੇਲੇ ਵੱਡੇ ਪੱਧਰ ਦੇ ਉੱਤੇ ਚੀਕਾਂ ਮਾਰਦੇ ਹੋ। ਇਹ ਖਹਿਰਾ ਸਾਹਿਬ ਨੇ ਆਪਣੇ ਟਵੀਟ ਹੈਂਡਲ ਦੇ ਉੱਤੇ, ਐਕਸ ਦੇ ਉੱਤੇ
ਇੱਕ ਪੋਸਟ ਸਾਂਝੀ ਕੀਤੀ ਹੈ ਜੀ। ਸੋ ਦੂਜੇ ਪਾਸੇ ਸੁੱਚਾ ਸਿੰਘ ਲੰਗਾਹ ਦੇ ਬੇਟੇ ਦੇ ਨਾਲ ਜੋ ਆਪਾਂ ਦੇਖਿਆ ਹੋਇਆ ਉਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਚੁੱਪ ਸੀ ਅਤੇ ਅੱਜ ਸੀਐਮ ਮਾਨ ਵੱਲੋਂ ਟਵੀਟ ਕੀਤਾ ਗਿਆ, ਉਹਨੇ ਕਿਹਾ ਕਿ ਮਜੀਠੀਆ ਸਾਹਿਬ ਹੁਣ ਤੁਸੀਂ ਚੁੱਪ ਕਿਉਂ, ਹੁਣ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ ਜੀ? ਦੇਖੋ, ਬਿਕਰਮ ਸਿੰਘ ਮਜੀਠੀਆ ਇੱਕ ਅਕਾਲੀ ਦਲ ਦੇ ਵਿੱਚ ਤੇਜ਼ ਤਰਾਰ ਆਗੂ ਮੰਨੇ ਜਾਂਦੇ ਆ। ਉਹ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਦਾ ਪੱਖ ਰੱਖਣ ਵਿੱਚ ਕਾਮਯਾਬ ਹੋ ਜਾਂਦੀ ਹੈ। ਔਰ ਕਿਹਾ ਵੀ ਇਹ ਜਾਂਦਾ ਕਿ ਉਹ ਆਪਣੀ ਗੱਲ ਧੜੱਲੇ ਨਾਲ ਕਹਿਣ ਦੇ ਮਾਹਰ ਮੰਨੇ ਜਾਂਦੇ ਹੈ। ਜਦੋਂ ਹਰ ਗੱਲ 'ਚ ਹੀ ਪ੍ਰੈਸ ਕਾਨਫਰੰਸ ਹੁੰਦੀ ਹੈ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਹਾਜ਼ਰ ਜਵਾਬੀ ਦਾ ਤਾਂ ਮੁਕਾਬਲਾ ਕੋਈ ਨਹੀਂ। ਸ਼ੁਰੂ ਤੋਂ ਕਮੇਡੀ ਕਿੰਗ ਰਹੇ ਨੇ, ਉਹਨਾਂ ਨੂੰ ਗੱਲ ਕਹਿਣ ਦਾ ਇੱਕ ਆਪਣਾ ਤਜਰਬਾ ਹੈ। ਅਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਪੁੱਛਿਆ ਉਹਨਾਂ ਨੇ, ਭਾਈ ਸਾਹਿਬ ਜਿਹੜਾ ਆਹ ਸੁੱਚਾ ਸਿੰਘ ਲੰਗਾਹ ਦੇ ਮੁੰਡੇ ਦੀ ਹਿਮਾਚਲ ਤੋਂ ਇੱਕ ਨਵੀਂ ਫਿਲਮ ਆਈ ਹੈ, ਇਹਦੇ 'ਤੇ ਵੀ ਪ੍ਰੈਸ ਕਾਨਫਰੰਸ ਕਰਕੇ ਕੁਛ ਚਾਰ ਸ਼ਬਦ ਬੋਲ ਹੀ ਦਿੰਦੇ? ਇਸ ਤੋਂ ਪਹਿਲਾਂ ਕਈ ਆਗੂ ਇਸੇ ਗੱਲ 'ਤੇ ਗੱਲ ਕਰਦੇ ਨੇ। ਆਮ ਆਦਮੀ ਪਾਰਟੀ ਦੇ ਵਿੱਚੋਂ ਮੰਤਰੀਆਂ ਨੇ ਵੀ ਸਵਾਲ ਉਠਾਇਆ ਹੈ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਇਹਨਾਂ ਅਕਾਲੀ ਆਗੂਆਂ ਨੇ ਨਸ਼ਿਆਂ ਦਾ ਕੰਮ ਕੀਤਾ, ਉਹਨਾਂ ਦੀ ਸਰਪ੍ਰਸਤੀਆਂ ਕੀਤੀਆਂ, ਅਤੇ ਹੁਣ ਜਦੋਂ ਇਹ ਬਾਹਰ ਚਲੇ ਗਏ ਹੈ ਅਤੇ ਇਹਨਾਂ ਦੇ ਮੁੰਡੇ ਉਸੇ ਰੰਗਤ ਦੇ ਵਿੱਚ ਰੰਗੇ ਹੋਏ ਨੇ ਅਤੇ ਉਸੇ ਸੰਦਰਭ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇੱਕ ਤਿੱਖਾ ਤੰਜ ਇਹਨਾਂ ਦੇ ਉੱਤੇ ਕੱਸਿਆ ਅਤੇ ਦੂਜੇ ਇਹਨਾਂ 'ਤੇ ਕੱਸਦੇ ਆ ਰਹੇ ਹੈ। ਕਈਆਂ ਨੇ ਕੱਲ੍ਹ ਜਿਹੜਾ ਮੰਤਰੀ ਰਾਜਕੁਮਾਰ ਆਨੰਦ ਨੇ ਅਸਤੀਫਾ ਦਿੱਤਾ ਅਤੇ ਇਲਜ਼ਾਮ ਲਾਏ ਨੇ, ਉਹ ਇਹਨਾਂ ਨੂੰ ਸਵਾਲ ਪੁੱਛਦੇ ਆ ਕਿ ਅਸੀਂ ਤਾਂ ਨਹੀਂ ਕਹਿੰਦੇ, ਤੁਹਾਡਾ ਆਪਣਾ ਸਾਬਕਾ ਮੰਤਰੀ ਕਹਿ ਰਿਹਾ, ਉਹਦੇ ਬਾਰੇ ਵੀ ਚਾਨਣਾ ਪਾ ਦਿਓ ਜ਼ਰਾ। ਸੋ ਅੱਜ ਦੇ ਇਸ ਸੰਦਰਭ ਦੇ ਵਿੱਚ ਜਿਹੜਾ ਇਲਜ਼ਾਮਬਾਜ਼ੀਆਂ ਨੇ ਇੱਕ ਦੂਜੇ 'ਤੇ ਉਹ ਤੇਜ਼ੀ ਨਾਲ ਚੱਲਦੀਆਂ ਆ ਰਹੀਆਂ ਜੀ। ਸੋ ਗੱਲ ਕਰਦੇ ਸੰਗਰੂਰ ਤੋਂ, ਬਸਪਾ ਨੇ ਆਪਣੇ ਉਮੀਦਵਾਰ ਦਾ ਸੰਗਰੂਰ ਤੋਂ ਐਲਾਨ ਕਰ ਦਿੱਤਾ ਹੈ ਜੀ। ਇੱਕ ਰਿਟਾਇਰਡ ਡਿਪਟੀ ਡਾਇਰੈਕਟਰ ਨੇ ਜੀ, ਡਾਕਟਰ ਮੱਖਣ ਸਿੰਘ, ਉਹਨਾਂ ਨੂੰ ਇਹਨਾਂ ਨੇ ਉਮੀਦਵਾਰ ਐਲਾਨ ਤਾ। ਸ਼੍ਰੀ ਬੈਨੀਪਾਲ ਸਾਹਿਬ ਅਤੇ ਜਸਵੀਰ ਸਿੰਘ ਗੜ੍ਹੀ ਜਿਹੜੇ ਇਹਨਾਂ ਦੇ ਸੂਬਾ ਪ੍ਰਧਾਨ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਕਿਉਂਕਿ ਹਰ ਪਾਰਟੀ ਉਹਨਾਂ ਨੂੰ ਚੋਣਾਂ ਲੜਨ ਦਾ ਪੂਰਾ ਅਧਿਕਾਰ ਹੈ ਅਤੇ ਉਹ ਚੋਣਾਂ ਉਹਨਾਂ ਨੇ ਆਪਣੀ ਪਾਰਟੀ ਵੱਲੋਂ ਚੋਣ ਲੜਨੀ ਹੈ। ਇਹ ਲੋਕਾਂ ਦਾ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਂਦੇ ਹੈ ਜਾਂ ਨਹੀਂ ਪਾਉਂਦੇ ਜੀ। ਸੋ ਨਾਲ ਜਿੱਥੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜੀ, ਉੱਥੇ ਹੀ ਸੀਐਮ ਮਾਨ ਵੱਲੋਂ ਟਵੀਟ ਕੀਤਾ ਗਿਆ ਕਿ ਕਹਿੰਦੇ ਹਾਲੇ ਤੱਕ ਤਾਂ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਅਤੇ ਤੁਸੀਂ ਭਾਜਪਾ ਜੁਆਇਨ ਕਰ ਲਈਏ ਜੀ।
ਉਹਨਾਂ ਨੇ ਅਸਤੀਫਾ ਕਈ ਦਿਨ ਪਹਿਲਾਂ ਦਿੱਤਾ ਹੈ। ਤੁਸੀਂ ਮਨਜ਼ੂਰ ਕਰੋ ਜਾਂ ਨਾ ਕਰੋ, ਉਹ ਗਏ ਨੇ ਦੇਸ਼ ਵਿੱਚ ਰਾਜ ਕਰਦੀ ਪਾਰਟੀ ਦੇ ਵਿੱਚ। ਮਾਨ ਸਾਹਿਬ ਕਹਿੰਦੇ ਆ ਕਿ ਜਿੱਡੀ ਤੇਜ਼ੀ ਨਾਲ ਤੁਸੀਂ IAS ਬਣੇ, ਉਸ ਤੋਂ ਕਿਤੇ ਤੇਜ਼ੀ ਦੇ ਨਾਲ ਤੁਸੀਂ ਅਸਤੀਫਾ ਦੇ ਦਿੱਤਾ। ਉਹਨਾਂ ਨੇ ਉਹਨਾਂ ਦੇ ਅਸਤੀਫੇ ਦੀ ਵਿਧੀ ਦੇ ਉੱਤੇ ਸਵਾਲ ਚੱਕੇ ਨੇ। ਤੁਹਾਡੀ ਕਮਾਈ ਖਤਰੇ 'ਚ ਪੈ ਸਕਦੀ ਹੈ, ਉਹ ਤਾਂ ਇੱਕ ਨਿਯਮ ਹੈ। ਸ਼ਾਇਦ 3 ਮਹੀਨੇ ਦੀ ਤਨਖਾਹ ਐਡਵਾਂਸ ਜਮ੍ਹਾਂ ਕਰਾਉਣੀ ਹੁੰਦੀ ਹੈ। ਜਦੋਂ ਉਹਨਾਂ ਨੇ ਮਨੀ ਬਣਾ ਲਿਆ, 31 ਅਕਤੂਬਰ ਉਹਨਾਂ ਦੀ ਸੇਵਾ ਮੁਕਤੀ ਸੀ ਅਤੇ ਮਾਨ ਸਾਹਿਬ ਨੇ ਸਵਾਲ ਚੱਕ ਲਿਆ। ਜੇ ਉਹਦੇ ਵਿੱਚ ਕੋਈ ਕਾਨੂੰਨ ਦਾ ਪੇਚ ਹੈ, ਉਹਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ, ਤਾਂ ਸਰਕਾਰ ਕੋਲ ਅਧਿਕਾਰ ਹੈ, ਸਰਕਾਰ ਉਸ 'ਤੇ ਕਾਰਵਾਈ ਕਰ ਸਕਦੀ ਹੈ। ਮੁੱਖ ਮੰਤਰੀ ਇੱਕ ਸਮਰੱਥ ਸ਼ਖਸੀਅਤ ਨੇ। ਬਾਕੀ ਹੁਣ ਉਹ ਤੁਹਾਡੇ ਉਮੀਦਵਾਰ ਨਾਲ ਬਠਿੰਡੇ ਤੋਂ ਸਿੱਧੇ ਮੈਦਾਨ ਵਿੱਚ ਵੀ ਟੱਕਰਨਗੇ ਅਤੇ ਜਿਨ੍ਹਾਂ ਦੇ ਨਾਲ ਹੁਣ ਤੱਕ ਜਾਰੀ ਰਹੀ ਉਹਨਾਂ ਨਾਲ ਵੀ ਸਿੱਧੇ ਤੌਰ ਦੇ ਉੱਤੇ ਚੋਣ ਲੜਨ ਦਾ ਯਤਨ ਕੀਤਾ ਜਾਏਗਾ। ਬਠਿੰਡੇ ਦਾ ਮਾਹੌਲ ਇਸ ਵੇਲੇ ਦਿਲਚਸਪ ਵਾਲੇ ਪਾਸੇ ਨੂੰ ਚਲਿਆ ਗਿਆ। ਦੇਖੋ ਉੱਥੇ ਕੁੰਡੀਆਂ ਦੇ ਸਿੰਘ ਫਸ ਗਏ ਨੇ, ਕੋਈ ਬੜੇ ਮੇਖਾਣੀ ਨਿਕਲੂਗੀ ਜੀ। ਸੋ ਰਾਹੁਲ ਗਾਂਧੀ ਵੱਲੋਂ ਕਿਹਾ ਗਿਆ ਕਿ ਦੇਸ਼ ਦੇ ਵਿੱਚ ਜੋ ਸਭ ਤੋਂ ਵੱਡਾ ਮੁੱਦਾ ਹੈ ਉਹ ਮਹਿੰਗਾਈ ਨੂੰ ਲੈ ਕੇ ਹੈ ਜੀ। ਦੇਖੋ ਇਹਦੇ ਵਿੱਚ ਬਿੱਟੂ ਕੋਈ ਸ਼ੱਕ ਨਹੀਂ, ਮਹਿੰਗਾਈ ਇੱਕ ਬਹੁਤ ਵੱਡਾ ਮੁੱਦਾ ਹੈ ਅਤੇ ਇਸ ਦੇਸ਼ ਦੇ ਉੱਤੇ ਇਹਨਾਂ ਸੂਬਿਆਂ ਦੇ ਉੱਤੇ ਚੜ੍ਹ ਰਹੇ ਕਰਜ਼ੇ ਦਾ ਦੂਜਾ ਵੱਡਾ ਮੁੱਦਾ ਹੈ। ਉਹਦਾ ਸਭ ਤੋਂ ਵੱਡਾ ਕਾਰਨ ਆ ਮੁਕਤਖੋਰੀਆਂ। ਲੋਕਾਂ ਨੂੰ 80 ਕਰੋੜ ਮੁਫ਼ਤ ਅਨਾਜ ਦੇਵਾਂਗੇ, 80 ਕਰੋੜ ਨੂੰ ਅਨਾਜ ਲੈਣ ਜੋਗੇ ਨਾ ਬਣਾਇਓ। ਸਿਲੰਡਰ 2014 ਤੋਂ ਪਹਿਲਾਂ 450 ਰੁਪਈਏ ਸੀ, ਜਿਹੜਾ ਇਸ ਵੇਲੇ ਵੱਧ ਕੇ 1000 ਦੇ ਨੇੜੇ ਪਹੁੰਚ ਗਿਆ, 1150 ਤੋਂ ਮੁੜ ਕੇ ਆਇਆ। ਡੀਜ਼ਲ ਪੈਟਰੋਲ ਦੁੱਗਣੇ 'ਤੇ ਪਹੁੰਚੇ। ਖਾਣ ਪੀਣ ਦੀਆਂ ਵਸਤਾਂ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੀ ਪਹੁੰਚ 'ਚੋਂ ਦੂਰ ਹੁੰਦੀਆਂ ਜਾ ਰਹੀਆਂ ਨੇ। ਉਹ ਕਹਿੰਦੇ ਇਹ ਸਾਰਾ ਕੁਝ ਪ੍ਰਧਾਨ ਮੰਤਰੀ ਸਾਹਿਬ ਦਾ ਕੋਈ ਮੁੱਦਾ ਨਹੀਂ। ਉਹ ਕਹਿੰਦੇ ਕਿ ਮੀਡੀਆ ਦੇ ਜਿਹੜੇ ਵੱਡੇ ਜਿਨ੍ਹਾਂ ਲੋਕਾਂ ਨੇ ਮੀਡੀਆ ਖਰੀਦ ਲਿਆ, ਉਹਨਾਂ ਨੇ ਆਪਣੇ ਪੱਤਰਕਾਰਾਂ ਨੂੰ ਵੀ ਆਜ਼ਾਦੀ ਨਹੀਂ ਰਹਿਣ ਦਿੱਤੀ। 24 ਘੰਟੇ ਕਹਿੰਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਦਿਖਾਈ ਜਾਂਦੇ ਆ, ਜਦੋਂ ਕਿ ਮੀਡੀਆ ਦਾ ਕੰਮ ਹੈ ਜਨਤਾ ਦੀ, ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਨਾ, ਉੱਪਰ ਲੈ ਕੇ ਜਾਣਾ। ਇਹ ਚੀਜ਼ਾਂ ਤਾਂ ਮਰਫੀ ਹੋ ਗਈਆਂ ਨੇ। ਫਿਰ ਜਿਹਦੀ ਕਰੀਏ ਨੌਕਰੀ ਉਹਦੀ ਕਰੀਏ ਚਾਕਰੀ, ਇਹ ਜਿਹੜਾ ਚੌਥਾ ਥੰਮ ਸੀ ਲੋਕਤੰਤਰ ਦਾ, ਉਹ ਸਥਿਰਤਾ ਵੱਲ ਹੁੰਦਾ ਜਾ ਰਿਹਾ, ਜਿਹੜਾ ਕਿ ਕਹਿ ਸਕਦੇ ਹਾਂ ਕਿ ਬਹੁਤ
ਮਾੜਾ ਹੈ, ਨਹੀਂ ਹੋਣਾ ਚਾਹੀਦਾ ਜੀ। ਸੋ ਦੂਜੇ ਪਾਸੇ ਜੋ ਕਿਸਾਨ ਨੌਜਵਾਨ ਸੀ ਉਹਦੀ ਮੌਤ ਹੋ ਗਈ ਸੀ ਜੀ, ਅਤੇ ਹੁਣ ਕੋਰਟ ਵੱਲੋਂ 6 ਹਫ਼ਤਿਆਂ ਸਭਾ ਮੰਗਿਆ ਨਹੀਂ ਗੌਰਮੈਂਟ ਉਹ ਇਹ 6 ਹਫ਼ਤਿਆਂ 'ਚ ਰਿਪੋਰਟ ਮੰਗੀ ਆ ਬਾਪੂ, ਉਹ ਮੰਗੀ ਤਾਂ ਹੈ, ਮੈਂ ਬਾਜਵਾ ਦੇਖ ਰਿਹਾ, ਵੱਡਾ ਬਿਆਨ ਆ ਗਿਆ ਜੀ, ਕਹਿੰਦਾ ਮੈਂ 600 ਛੱਡਦਾ ਜੀ ਬਿੱਟੂ ਜਿੱਤ ਗਿਆ, ਇਹਦੇ 'ਤੇ ਉਹ ਕਰ ਦਾਂਗੇ ਦੂਜੀ ਜਿਹੜੀ ਪਾਉਣੀ ਹੈ। ਕਹਿੰਦਾ ਮੈਂ ਸ਼ੁਭਕਰਨ ਦੇ ਮਾਮਲੇ ਦੇ ਵਿੱਚ 6 ਹਫ਼ਤਿਆਂ ਦੇ ਵਿੱਚ ਰਿਪੋਰਟ ਮੰਗਿਆ ਜੀ ਕੋਰਟ ਵੱਲੋਂ ਜੀ। ਸਾਨੂੰ ਪਤਾ ਜਿਹੜਾ ਸ਼ੁਭਕਰਨ ਦੀ ਗੋਲੀ ਲੱਗਣ ਦੇ ਨਾਲ ਖਰੌਰੀ ਬਾਰਡਰ ਦੇ ਉੱਤੇ ਮੌਤ ਹੋਈ ਸੀ, ਉਸ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਸੀ, ਉਹਦੇ ਵਿੱਚ ਇੱਕ ਅਧਿਕਾਰੀ ਪੰਜਾਬ ਦਾ, ਇੱਕ ਅਧਿਕਾਰੀ ਹਰਿਆਣੇ ਦਾ ਪੁਲਿਸ ਦਾ। ਇਹਨਾਂ ਨੂੰ ਹੁਣ ਆਦੇਸ਼ ਜਾਰੀ ਕੀਤੇ ਨੇ ਕਿ ਸ਼੍ਰੀਮਾਨ ਜੀ ਤੁਸੀਂ 6 ਹਫ਼ਤਿਆਂ ਦੇ ਵਿੱਚ ਰਿਪੋਰਟ ਜਾਂਚ ਮੁਕੰਮਲ ਕਰਕੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵਿੱਚ ਆਪਣੀ ਰਿਪੋਰਟ ਸੌਂਪੋ। ਸਾਰਿਆਂ ਨੂੰ ਪਤਾ ਕਿ ਗੋਲੀ ਹਰਿਆਣੇ ਵਾਲੇ ਪਾਸੇ ਤੋਂ ਚੱਲੀ ਸੀ, ਹੁਣ ਜਦੋਂ ਹਾਈ ਕੋਰਟ ਗੰਭੀਰਤਾ ਨਾਲ ਮਾਮਲੇ ਨੂੰ ਲੈ ਰਿਹਾ, 6 ਹਫ਼ਤਿਆਂ ਬਾਅਦ ਪਤਾ ਲੱਗੇਗਾ ਕਿ ਅਦਾਲਤ ਕਿਹੜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਾਂਦੀ ਹੈ ਜੀ। ਸੋ ਲੋਕ ਸਭਾ ਤੋਂ ਪਹਿਲਾਂ ਜਿੱਥੇ ਵੱਡੇ ਵੱਡੇ ਲੀਡਰ ਭਾਜਪਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਉੱਥੇ ਹੀ ਚਰਚਾਵਾਂ ਸ਼ੁਰੂ ਹੋ ਗਏ ਨੇ, ਅਤੇ ਕਹਿੰਦੇ ਕਾਂਗਰਸ ਅਤੇ ਅਕਾਲੀ ਦਲ ਦੇ ਜੋ ਵੱਡੇ ਲੀਡਰ ਨੇ ਉਹ ਭਾਜਪਾ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਜੀ। ਦੇਖੋ ਇਸ ਵੇਲੇ ਇੱਕ ਨਵਾਂ ਦੌਰ ਚੱਲਿਆ, ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਧਿਰਾਂ ਇਹ ਇਲਜ਼ਾਮ ਲਾਉਂਦੀਆਂ ਨੇ, ਉਹਨਾਂ ਨੇ ਇੱਕ ਵਾਸ਼ਿੰਗ ਮਸ਼ੀਨ ਰੱਖੀ ਵੀ ਹੈ, ਇੱਕ ਸਪੈਸ਼ਲ ਕਿਸਮ ਦਾ ਵਾਸ਼ਿੰਗ ਪਾਊਡਰ ਵੀ ਰੱਖਿਆ। ਕਿਸੇ 'ਤੇ ਜਿੰਨੇ ਮਰਜ਼ੀ ਇਲਜ਼ਾਮ ਹੋਣ, ਜਦੋਂ ਉਹਨੂੰ ਉਸ ਮਸ਼ੀਨ ਵਿੱਚ ਨਵਾ ਦਿੱਤਾ ਜਾਂਦਾ ਅਤੇ ਉਹ ਦੁੱਧ ਧੋਤਾ ਬਿਲਕੁਲ ਪਾਕ ਪਵਿੱਤਰ ਬਣ ਕੇ ਸਾਹਮਣੇ ਆਉਂਦਾ ਹੈ। ਤਾਜ਼ਾ ਸਿਕੰਦਰ ਸਿੰਘ ਮਲੂਕਾ, ਇੱਕ ਬੜੇ ਧੜੱਲੇ ਦਾ ਆਗੂ, ਅਕਾਲੀ ਦਲ ਦੇ ਉਹਨਾਂ ਦਾ ਪੁੱਤਰ ਗੁਰਪ੍ਰੀਤ ਮਲੂਕਾ, ਨੂੰ ਰਾਣੀ ਬੀਬੀ ਪਰਮਪਾਲ ਕੌਰ, ਇਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਹੋ ਗਏ ਨੇ। ਪਿੱਛੇ ਚਰਚਾਵਾਂ ਬਹੁਤ ਚੱਲਦੀਆਂ ਸੀ, ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਤਕਰੀਬਨ ਸਾਰੀਆਂ ਪਾਰਟੀਆਂ 'ਚੋਂ ਸਨ ਲਾਇਆ, ਅਤੇ ਅਕਾਲੀ ਦਲ ਨਾਲ ਉਹਨਾਂ ਦਾ ਸ਼ਿਕਵਾ ਇਹ ਹੈ ਕਿ ਜਦੋਂ 3 ਖੇਤੀ ਕਾਨੂੰਨ ਬਣਾਏ, ਬੀਬੀ ਹਰਸਿਮਰਤ ਕੌਰ ਪਾਰਟੀ ਦੇ ਜਿਹਦਾ ਮੰਤਰੀ ਮੰਡਲ ਸੀਗਾ ਭਾਰਤੀ ਜਨਤਾ ਪਾਰਟੀ ਦਾ, ਕੇਂਦਰ ਸਰਕਾਰ ਦਾ, ਉਹਦੇ ਵਿੱਚ ਬਰਾਬਰ ਦੇ ਮੰਤਰੀ ਸਨ, ਔਰ ਇਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਸਾਥ ਦਿੱਤਾ ਅਤੇ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਗੂਠਾ ਦਿਖਾ ਕੇ ਤੁਰਦੇ ਬਣੇ, ਇਹ ਗੱਲ ਉਹਨਾਂ ਦੇ ਮਨ 'ਚ ਹੈ। ਅਤੇ ਉਹਨਾਂ ਨੇ ਆਪਰੇਸ਼ਨ ਲੁੱਟ ਸਲਾਤਾ ਚਾਰੇ ਪਾਸੇ ਕਥਿਤ ਰੂਪ ਦੇ ਵਿੱਚ, ਅਤੇ ਸਾਰੀਆਂ ਪਾਰਟੀਆਂ 'ਚੋਂ ਸੰਨ ਮਾਰੀ ਜਾਂਦੀ ਹੈ। ਕਾਂਗਰਸ ਦੇ ਵਿੱਚ ਉਹ ਰਵਨੀਤ ਬਿੱਟੂ ਨੂੰ ਲੈ ਗਏ, ਜਲੰਧਰ ਤੋਂ ਜਿਹੜਾ ਕਾਂਗਰਸ 'ਚੋਂ ਗਿਆ ਸੀ ਸੁਸ਼ੀਲ ਰਿੰਕੂ, ਉਹਨੂੰ ਲਿਆ ਕੇ
ਆਪਣਾ ਉਮੀਦਵਾਰ ਬਣਾ ਲਿਆ। ਕਈ ਹੋਰ ਨਾਂ ਦੇ ਚਰਚੇ ਵੀ ਚੱਲਦੇ ਆ, ਭਵਿੱਖ ਦੇ ਵਿੱਚ ਇਹ ਵੀ ਜਾ ਸਕਦੇ ਆ। ਅਤੇ ਅਜੇ ਹੋਰ ਆਦਮੀ ਵੀ ਕਈਆਂ ਦੀ ਚਰਚਾ ਚੱਲਦੀ ਹੈ, ਕਈਆਂ ਨੇ ਸਪਸ਼ਟੀਕਰਨ ਦਿੱਤੇ। ਪਰ ਜਿਸ ਤਰੀਕੇ ਨਾਲ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਆਪਣਾ ਪ੍ਰਸਾਰ ਕਰ ਰਹੀ ਹੈ, ਹਾਲਾਂਕਿ ਉਹਨਾਂ ਨੂੰ ਕਿਸਾਨਾਂ ਦਾ ਵਿਰੋਧ ਵੀ ਕਰਨਾ, ਜਿਹੜਾ ਕਿਸਾਨ ਵਿਰੋਧ ਕਰ ਰਿਹਾ ਉਹਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਹ ਆਪਣੇ ਆਪ ਦੇ ਵਿੱਚ ਅਹਿਮ ਹੈ ਕਿ ਕਿਉਂ ਇਹਦੇ ਬਾਵਜੂਦ ਲੋਕ ਫਿਰ ਉੱਧਰ ਜਾ ਰਹੇ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਹੈ ਭਾਰਤੀ ਜਨਤਾ ਪਾਰਟੀ ਇਸ ਵੇਲੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਭਾਈ ਸਾਹਿਬ, ਕੰਧਾਂ ਆਪਣੀਆਂ ਪੱਕੀਆਂ ਰੱਖੋ, ਉੱਚੀਆਂ ਰੱਖੋ, ਦੁਸ਼ਮਣ ਨੂੰ ਨਾ ਕਹੋ ਦੋਸ਼ ਦਿਓ। ਇਹ ਸਥਿਤੀ ਅੱਜ ਅਕਾਲੀ ਦਲ ਦੀ ਬਣੀ ਕਿਉਂ ਹੈ? ਲਗਾਤਾਰ ਲੋਕ ਅਕਾਲੀ ਦਲ ਨੂੰ ਛੱਡ ਕਿਉਂ ਰਹੇ ਨੇ? ਇਹਦੇ ਉੱਤੇ ਜਾਣਾ ਚਾਹੀਦਾ, ਸੋਚਣਾ ਚਾਹੀਦਾ, ਦੇਖਣਾ ਚਾਹੀਦਾ। ਅਤੇ ਬਲੂਕਾ ਸਾਹਿਬ ਤਾਂ ਤੁਹਾਡੇ ਪਰਿਵਾਰ ਦੇ ਸਭ ਤੋਂ ਨੇੜੇ ਸੀ। ਚਰਚਾ ਇਹ ਹੈ ਕਿ ਜਦੋਂ ਬਲੂਕਾ ਸਾਹਿਬ ਨੂੰ ਦੋ ਟਿਕਟਾਂ ਮੰਗੀਆਂ, ਉਹ ਜਿਹੜੀ ਟਿਕਟ ਨਾ ਲੈਣ ਦਿੱਤੀ, ਕਹਿੰਦੇ ਸ਼ਾਇਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਡੱਕਾ ਲਾਇਆ ਸੀ ਅਤੇ ਸਮਾਂ ਆ ਗਿਆ ਫਿਰ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ। ਸੋ ਦੂਜੇ ਪਾਸੇ ਚੋਣ ਕਮਿਸ਼ਨ ਦੇ ਜੋ ਮੁੱਖ ਅਧਿਕਾਰੀ ਨੇ ਸਿੱਬਲ ਸਿੰਘ ਵੱਲੋਂ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ, ਉਹਨਾਂ ਨੇ ਜਿਹੜਾ ਇਹ PAMS ਕਮੇਟੀ ਹੈ ਉਹਦੇ ਬਾਰੇ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਚੋਣ ਨੇੜੇ ਆਵੇਗੀ ਤੁਹਾਨੂੰ ਆਪਣੀਆਂ ਸ਼ਕਤੀਆਂ ਬਾਰੇ ਪਤਾ ਹੋਣਾ ਚਾਹੀਦਾ। ਇਹ ਵੀ ਪਤਾ ਹੈ ਸ਼ਾਇਦ ਇਸ ਵਾਰ ਵੋਟਾਂ ਦਾ ਸਮਾਂ ਵੀ ਵਧੇ, ਅੱਗੇ 5 ਵਜੇ ਤੱਕ ਹੁੰਦਾ, ਸ਼ਾਇਦ 6 ਵਜੇ ਤੱਕ ਕਰ ਦਿੱਤਾ ਜਾਵੇ ਕਿਉਂਕਿ ਗਰਮੀ ਬਹੁਤ ਜ਼ਿਆਦਾ। ਸੋ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਉਹਨਾਂ ਨੇ ਅੱਜ ਚੋਣ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਗੱਲਬਾਤ ਕਰਕੇ ਕੁਝ ਨਵੀਆਂ ਹਦਾਇਤਾਂ ਸਮੂਹ ਜ਼ਿਲ੍ਹਾ ਚੋਣ ਅਫਸਰਾਂ ਤੱਕ ਦਿੱਤੀਆਂ ਨੇ ਕਿ ਇਸ ਦਾਇਰੇ ਦੇ ਵਿੱਚ ਰਹਿ ਕੇ ਤੁਸੀਂ ਕੰਮ ਕਰਨਾ ਹੈ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ, ਬਹੁਤ ਮਿਹਰਬਾਨੀ ਜੀ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।